सिंह वालिया तुहाडा स्वागत करदा हां। पिछले कई दिनों तो तुहानू असी कई धार्मिक जगह जिदा कि नाथां दी बगीची और महालक्ष्मी मंदिर बंदा बहादुर गुरद्वारा इदां दीआं कई चीज़ां दिखाईआं हन और उहदे उहदे इतिहास बारे भी असी दस्सिआ है। असी गल करन जा रहे हां गुरु साहिब दी यात्रा करन दा। सानू बहुत ही ज़्यादा शौक सीगा, सानू बहुत ही ज़्यादा चा सीगा कि असी हेमकुंड साहब जाके आईए। असी भी ये यात्रा करन दा मन बना के जलंधर तो ऋषिकेश पुज गए। ऋषिकेश विखे गुरद्वारा साहब दी सराह विच कमरा लै समान टका असी उतों कुछ ही दूरी दे उत्ते लक्ष्मण झूला है वह वेखन चले गए। लक्ष्मण झूले का नज़ारा भी ही अपने आप विच एक अलग ही पहचान रखता है। शाम वेले ऋषिकेश दे गुरद्वारा साहब विखे गुरबाणी दे आनंद माण अते बाद विच लंगर छक के असी अपने कमरे विच सौन चले गए, क्योंकि सवेरे जल्दी ही बस फड़ के असी गोबिंद घाट वल 275 किलोमीटर का पहाड़ी सफ़र करना सी। बस दीआं टिकटां असी पहला ही बुक करवा लईआं सन। सो दूसरे दिन सवेरे साड़ी बस गुरद्वारा गोबिंद घाट जो कि चमोली जिले विच पैंदा है वल चल पई। शाम पैन तक असी गोबिंद घाट पहुँच गए अते गुरद्वारा साहब दे दर्शन कर गुरद्वारा साहब दी सराह विच कमरा लै सौन सौ गए, क्योंकि अगे असी 13 किलोमीटर दी यात्रा गुरद्वारा गोबिंद तक ਧਾਮ ਤੱਕ ਕਰਨੀ। ਟੇਢੇ ਮੇਢੇ ਜਿਹੇ ਰਸਤੇ, ਨਦੀਆਂ, ਪਾਣੀ ਦੇਖ ਕੇ ਡਰ ਵੀ ਲੱਗਦਾ ਸੀ ਅਤੇ ਨਾਲ ਸਾਨੂੰ ਖੁਸ਼ੀ ਵੀ ਹੁੰਦੀ ਸੀ। ਗੋਬਿੰਦ ਧਾਮ ਪਹੁੰਚ ਕੇ ਅਸੀਂ ਇੱਕ ਰਾਤ ਗੁਰਦੁਆਰਾ ਸਾਹਿਬ ਵਿਖੇ ਆਰਾਮ ਕਰਕੇ ਦੂਸਰੇ ਦਿਨ ਸਵੇਰੇ ਸ਼੍ਰੀ ਹੇਮਕੁੰਡ ਸਾਹਿਬ ਜੋ ਕਿ 15,200 ਫੀਟ ਦੀ ਉਚਾਈ ਉੱਤੇ ਹੈ ਵੱਲ ਰਵਾਨਾ ਹੋ ਗਏ। ਇਹ ਪਿੰਡਾ 6 ਕਿਲੋਮੀਟਰ ਦਾ ਪੱਥਰਾਂ ਨਾਲ ਭਰਿਆ ਹੋਇਆ ਹੈ। ਰਸਤੇ ਟੇਢੇ ਮੇਢੇ ਰਸਤੇ, ਬੜੇ ਹੀ ਖਤਰਨਾਕ ਜਿਹੇ ਰਸਤੇ ਸੀਗੇ, ਜਿੱਥੇ ਕਿ ਨਾਲ ਹੀ ਬੰਦੇ ਨਿਕਲਦੇ ਸੀ, ਨਾਲ ਹੀ ਘੋੜੇ ਵਾਲੇ ਵੀ ਨਿਕਲਦੇ ਸੀਗੇ ਅਤੇ ਕਈਆਂ ਨੂੰ ਘੋੜੇ ਵਾਲੇ ਗਿਰਾ ਵੀ ਦਿੰਦੇ ਸੀਗੇ। ਅਤੇ ਮੈਂ ਕਦੀ ਘੋੜੇ 'ਤੇ ਨਹੀਂ ਬੈਠੀ ਸੀਗੀ, ਲੇਕਿਨ ਉੱਥੇ ਫਿਰ ਸਾਨੂੰ ਘੋੜੇ 'ਤੇ ਵੀ ਬੈਠਣਾ ਪਿਆ, ਕਿਉਂਕਿ ਸਾਡੇ ਕੋਲ ਚੜ੍ਹਾਈ ਨਹੀਂ ਹੋ ਪਾ ਰਹੀ ਸੀਗੀ। ਅਤੇ ਉਹ ਵੀ ਇੱਕ ਅਲੱਗ ਤਰ੍ਹਾਂ ਦਾ ਹੀ ਐਡਵੈਂਚਰ ਹੀ ਸੀਗਾ ਸਾਡੇ ਵਾਸਤੇ। ਉੱਥੇ ਜਿਹੜਾ ਗਲੇਸ਼ੀਅਰ ਹੈ ਉਹਦੇ ਬਾਰੇ ਬੜਾ ਸੁਣਿਆ ਸੀ ਕਿ ਗਲੇਸ਼ੀਅਰ ਟੁੱਟ ਵੀ ਜਾਂਦਾ ਆ। ਉੱਥੋਂ ਪਾਰ ਕਰਦੇ ਗਲੇਸ਼ੀਅਰ ਪਾਰ ਕਰਨ ਲੱਗੇ ਵੀ ਸਾਨੂੰ ਬਹੁਤ ਡਰ ਲੱਗਿਆ, ਲੇਕਿਨ ਮਜ਼ਾ ਬਹੁਤ ਆਇਆ ਸਾਨੂੰ। ਪਰ ਸ਼੍ਰੀ ਹੇਮਕੁੰਡ ਸਾਹਿਬ ਜੋ ਕਿ 7 ਉੱਚੀਆਂ ਉੱਚੀਆਂ ਪਹਾੜਾਂ ਦੀਆਂ ਚੋਟੀਆਂ ਵਿਚਕਾਰ ਕਰਿਆ ਹੋਇਆ ਹੈ, ਦਾ ਅਲੌਕਿਕ ਨਜ਼ਾਰਾ ਦੇਖ ਰੂਹ ਖੁਸ਼ ਹੋ ਜਾਂਦੀ ਹੈ। ਗੁਰਦੁਆਰਾ ਸਾਹਿਬ ਦੇ ਸਰੋਵਰ ਦਾ ਬਰਫੀਲਾ ਪਾਣੀ ਅੱਜ ਤੱਕ ਯਾਦ ਆਉਂਦਾ ਹੈ। ਸ਼੍ਰੀ ਹੇਮਕੁੰਡ ਸਾਹਿਬ ਵਿਖੇ ਸੌਣ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਅਸੀਂ ਪੈਦਲ ਗੁਰਦੁਆਰਾ ਗੋਬਿੰਦ ਧਾਮ ਵਾਪਸ ਪਹੁੰਚ ਕੇ ਦੁਬਾਰਾ ਇੱਕ ਰਾਤ ਆਰਾਮ ਕਰਕੇ ਅਸੀਂ ਅਗਲੇ ਦਿਨ ਪੈਦਲ ਵਾਪਸ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਵੱਲ ਚੱਲ। ਰਸਤੇ ਵਿੱਚ ਅਚਾਰ ਨਾਲ ਆਲੂ ਵਾਲੇ ਪਰੌਂਠਿਆਂ ਦਾ ਸਵਾਦ ਅੱਜ ਤੱਕ ਵੀ ਯਾਦ ਆਉਂਦਾ ਹੈ। ਖੈਰ ਪਹਾੜੀ ਰਸਤਾ ਤੈਅ ਕਰਦੇ ਕਰਦੇ ਅਸੀਂ ਵਾਪਸ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਪਹੁੰਚ ਗਏ ਪਏ। ਇੱਥੇ ਇੱਕ ਰਾਤ ਆਰਾਮ ਕਰਨ ਤੋਂ ਬਾਅਦ ਅਸੀਂ ਬੱਸ ਰਾਹੀਂ ਵਾਪਸ ਰਿਸ਼ੀਕੇਸ਼ ਪਹੁੰਚ ਗਏ। 9 ਵਜੇ ਦੀ ਟ੍ਰੇਨ ਫੜ ਕੇ ਦੂਸਰੇ ਦਿਨ ਸਵੇਰੇ ਸਵੇਰੇ ਵਾਪਸ ਜਲੰਧਰ ਅੱਪੜ ਗਏ। ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਨਜ਼ਾਰੇ ਅੱਜ ਵੀ ਸਾਡੀਆਂ ਯਾਦਾਂ ਵਿੱਚ ਉਸੇ ਤਰ੍ਹਾਂ ਹੀ ਵਸੇ ਹੋਏ ਹਨ ਜਿਸ ਤਰ੍ਹਾਂ ਕਿ ਅਸੀਂ ਯਾਤਰਾ ਦੌਰਾਨ ਵੇਖੇ ਸਨ। ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਔਰ ਇਸ ਤਰ੍ਹਾਂ ਦੀਆਂ ਹੀ ਜਾਣਕਾਰੀਆਂ ਔਰ ਇਸ ਤਰ੍ਹਾਂ ਦੀਆਂ ਹੀ ਧਾਰਮਿਕ ਜਾਣਕਾਰੀਆਂ ਅਸੀਂ ਤੁਹਾਨੂੰ ਵਕਤ ਬਾ ਵਕਤ ਦਿੰਦੇ ਰਵਾਂਗੇ। ਤਦ ਤੱਕ ਦੇ ਲਈ ਸਾਨੂੰ ਇਜਾਜ਼ਤ ਦਿਓ। ਨਮਸਤੇ।